ਕੀ ਆ ਬਸ ਮੰਗਤੇ ਬਣਾਤਾ ਇਹ ਕਹਿੰਦਾ ਠੁੱਲੇ ਫੜੋ ਭੀਖ ਮੰਗੋ ਅਸੀਂ ਤਾਂ ਐਸ਼ ਕਰੀਏ ਐਸ਼ ਆਪ ਕਰੀ ਜਾਂਦੇ ਭੁੱਖੇ ਸਾਨੂੰ ਮਾਰੀ ਜਾਂਦੇ ਆ ਹੁਣ ਤੁਸੀਂ ਅਸੀਂ ਕਹਿੰਦੇ ਬੁੜਕ ਨੂੰ ਬਾਈ ਕੋਈ ਸਰਕਾਰ ਚੰਗੀ ਨਹੀਂ ਵੀਰ ਸਭ ਠੱਗ ਆ ਚੋਰ ਆ ਸਭ ਰਲੇ ਮਿਲੇ ਆ ਖੂਨ ਜੂਸੀਆਂ ਜੋਕਾਂ ਹੈ ਇਹ ਜੋ ਕੋਈ ਨੂਨ ਲਾਏ ਤਾਂ ਲੈ ਜਾਂਦੀ ਹੈ ਇਹ ਨਹੀਂ ਲੈਂਦੇ ਪਿਛਲੀ ਵਾਰ ਕਿਰਤਨ ਸਾਹਿਬ ਨੇ ਕਿਹਾ ਸੀ ਮੈਂ ਨੌਕਰੀਆਂ ਦੇਊਂਗਾ ਮੈਂ ਕਰਜ਼ੇ ਮਾਫ਼ ਕਰੂੰ ਮੈਂ ਇਹ ਕਰੂੰ ਉਹ ਕਰੂੰ ਅੱਜ ਤੱਕ ਨਾ ਤਾਂ ਉਹਨੇ ਕੁਛ ਕਰਿਆ ਅਤੇ ਨਾ ਹੀ ਇਹ ਕੁਛ ਕਰਨ ਬਾਈ ਜੀ ਪਹਿਲਾਂ ਤਾਂ ਕੇਜਰੀਵਾਲ ਵੀ ਸਾਰਿਆਂ ਤੋਂ ਪਹਿਲਾਂ ਝੂਠ ਮਾਰੀ ਜਾਂਦਾ ਉਸ ਤੋਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਸੁਣਿਆ ਮੈਂ ਉਹ ਕਹਿੰਦਾ ਮੇਰੇ ਪਿਤਾ ਜੀ ਨੇ ਇਹ ਗੱਲ ਕਹੀ ਆ ਵੀ ਸੁਖਬੀਰ ਸਿੰਘ ਉਹਨੇ ਕੁ ਵਾਅਦੇ ਕਰੀ ਆ ਇਹ ਜਿੰਨੇ ਕੁ ਤੂੰ ਪੂਰੇ ਕਰ ਸਕੀ ਅਤੇ ਹੁਣ ਤਾਂ ਤੂੰ ਸਾਰਿਆਂ ਤੋਂ ਪਹਿਲਾਂ ਗੱਪ ਹੀ ਮਾਰਦਾ ਰਿਹਾ ਕਿ ਧਰਮਾਂ ਨਾਲ ਵੀ ਖਿਲਵਾੜ ਕੀਤਾ ਗਿਆ ਜਿਵੇਂ ਤੁਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਹੋਈ ਹੈਗੀ ਹੈ ਉਸ ਵੇਲੇ ਵੀ ਇਹ ਸਰਕਾਰਾਂ ਚੁੱਪ ਰਹੀਆਂ ਹੈਗੀਆਂ ਇਹ ਯਕੀਨ ਤਾਂ ਮੇਰੇ ਹਿਸਾਬ ਨਾਲ ਤਾਂ ਕਿਸੇ 'ਤੇ ਵੀ ਨਹੀਂ ਗਾ ਕਿਉਂਕਿ ਸਭ ਡਰਾਮੇ ਆ ਇਹ ਸਿਰਫ ਇਲੈਕਸ਼ਨਾਂ ਕਰਕੇ ਸਾਰਾ ਕੁਛ ਹੋ ਰਿਹਾ ਜਿੱਦੇ ਇਲੈਕਸ਼ਨ ਖਤਮ ਹੋ ਗਏ ਉੱਦੇ ਕੁਛ ਨਹੀਂ ਹੋਊਗਾ ਫਿਰ ਸਭ ਵਾਅਦੇ ਸਾਰਾ ਕੁਛ ਭੁੱਲ ਜਾਂਦੇ ਆ ਬਸ ਉਨ੍ਹਾਂ ਚਿਰ ਯਾਦ ਹੁੰਦੇ ਆ ਜਿੰਨਾ ਚਿਰ ਇਲੈਕਸ਼ਨ ਹੈ ਇਲੈਕਸ਼ਨਾਂ ਕਰਕੇ ਇਹੀ ਆ ਬਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿੱਕੀ ਸਿੰਘ ਤੁਸੀਂ ਦੇਖ ਰਹੇ ਹੋ ਸਤਿ ਸੁਨੇਹਾ ਚੈਨਲ ਅਤੇ ਅੱਜ ਆਪਾਂ ਆਏ ਹਾਂ ਜੈਤੋ ਸ਼ਹਿਰ ਦੇ ਬੱਸ ਅੱਡੇ ਅਤੇ ਗੱਲਬਾਤ ਕਰਦੇ ਹਾਂ ਉੱਥੋਂ ਦੇ ਲੋਕਾਂ ਨਾਲ ਪਿਛਲੇ ਦਿਨੀ ਜੋ ਅਰਵਿੰਦ ਕੇਜਰੀਵਾਲ ਵੱਲੋਂ ਐਲਾਨ ਕੀਤਾ ਗਿਆ ਕਰ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਆ ਤਾਂ ਉਹਨਾਂ ਵੱਲੋਂ ਲੋਕਾਂ ਨੂੰ 300 ਯੂਨਿਟ ਦੀ ਮਾਫ਼ੀ ਦਿੱਤੀ ਜਾਊਗੀ ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਲੋਕਾਂ ਨੂੰ 400 ਯੂਨਿਟ ਮਾਫ਼ ਕਰਨਗੇ ਅਤੇ ਆਪਾਂ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿਸ 'ਤੇ ਵੱਧ ਭਰੋਸਾ ਇਹ ਕਿਵੇਂ ਦੇਖਦੇ ਹੋ ਜੋ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਲੋਕਾਂ ਨੂੰ 300 ਯੂਨਿਟ ਮਾਫ਼ ਕਰਨਗੇ ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਲੋਕਾਂ ਨੂੰ 400 ਯੂਨਿਟ ਮਾਫ਼ ਕਰਨਗੇ ਤੁਹਾਨੂੰ ਕਿਸ ਦੇ ਵਾਅਦੇ 'ਤੇ ਵੱਧ ਭਰੋਸਾ ਸਭ ਵਾਅਦੇ ਸਭ ਝੂਠੇ ਆ ਸੱਚਾ ਵਾਅਦਾ ਕੋਈ ਕਰਦਾ ਹੀ ਨਹੀਂ ਸੱਚਾ ਵਾਅਦਾ ਦੇਖਿਆ ਕੋਈ ਕਿਸੇ ਨੇ ਜ਼ਿਕਰ ਕੀਤਾ ਹੋਵੇ ਬਸ ਇਲੈਕਸ਼ਨ ਸਿਰ 'ਤੇ ਆ ਵੀ ਐਂ ਝੂਠ ਬੋਲ ਕੇ ਵੋਟਾਂ ਲੈਣ ਗਏ ਇਸੇ ਕੰਮ ਚੋਣਾਂ ਨੇ ਬੈਠਾ ਧੁੱਪਿਆ ਸੀ ਮਚਣਾ ਡੀਜ਼ਲ ਰੇਟ ਕਿੰਨਾ ਵਧਿਆ ਪਿਆ ਖੰਡ ਕਿੱਥੇ ਆ ਗਈ ਕੀ ਆ ਬਸ ਮੰਗਤੇ ਬਣਾਤਾ ਇਹ ਕਹਿੰਦਾ ਠੁੱਲੇ ਫੜੋ ਭੀਖ ਮੰਗੋ ਅਸੀਂ ਤਾਂ ਐਸ਼ ਕਰੀਏ ਐਸ਼ ਆਪ ਕਰੀ ਜਾਂਦੇ ਭੁੱਖੇ ਸਾਨੂੰ ਮਾਰੀ ਜਾਂਦੇ ਆ ਹੁਣ ਤੁਸੀਂ ਅਸੀਂ ਕਹਿੰਦੇ ਬੁੜਕੀ ਨੂੰ ਬਾਈ ਕੋਈ ਸਰਕਾਰ ਚੰਗੀ ਨਹੀਂ ਵੀਰ ਸਭ ਠੱਗ ਆ ਚੋਰ ਆ ਸਭ ਰਲੇ ਮਿਲੇ ਆ ਖੂਨ ਜੂਸੀਆਂ ਜੋਕਾਂ ਹੈ ਇਹ ਜੋ ਕੋਈ ਨੂਨ ਲਾਏ ਤਾਂ ਲੈ ਜਾਂਦੀ ਹੈ ਇਹ ਨਹੀਂ ਲੈਂਦੇ ਇਹ ਤਾਂ ਫੈਵੀਕੋਲ ਨੂੰ ਚਿਪਕੇ ਬੈਠੇ ਆ ਅੱਜ ਉਹ ਤਾਂ ਕੱਲ੍ਹ ਨੂੰ ਹੋਰ ਵਾਰੀ ਵਾਰ ਖੂਨ ਚੂਸਦੇ ਆ ਬਾਈ ਤੁਹਾਡਾ ਇਹ ਕਹਿਣਾ ਵੀ ਤੁਹਾਨੂੰ ਕਿਸੇ 'ਤੇ ਯਕੀਨ ਨਹੀਂ ਬਾਈ ਜਮਾਂ 1% ਕਿਸੇ ਯਕੀਨ ਨਹੀਂ ਪਹਿਲਾਂ ਨਾ ਤਾਂ ਇਲੈਕਸ਼ਨ ਹੀ ਬੰਦ ਕਰੋ ਕਿੰਨਾ ਗੌਰਮੈਂਟ ਖਰਚਾ ਕਰਦੀ ਆ ਇਲੈਕਸ਼ਨ 'ਤੇ ਕਿੰਨਾ ਖਰਚਾ ਆਉਂਦਾ ਉਹ ਗਰੀਬਾਂ ਨੂੰ ਦੇਣ ਖਾਂ ਠੀਕ ਆ ਨਾ ਜੀ ਆਹ ਬੱਸ ਅੱਡੇ ਦਾ ਹਾਲ ਦੇਖੋ ਜਿਹੜੀਆਂ ਬੁੜੀਆਂ ਹੁੰਦੀਆਂ ਕਿੱਥੇ ਬਹਿੰਦੀਆਂ ਕਿਤੇ ਇੱਥੇ ਬਹਿਣ ਕਿਤੇ ਉੱਥੇ ਬਹਿਗਾ ਕਿੰਨਾ ਟਾਈਮ ਹੋ ਗਿਆ ਕਿਤੇ ਕੋਈ ਵਿਕਾਸ ਨਹੀਂ ਵੀਰ ਅਤੇ ਬਾਈ ਤੁਸੀਂ ਇਸ ਵਾਰ ਆਪਣਾ ਵੋਟ ਕਿਸ ਨੂੰ ਪਾਉਂਗੇ ਮਾੜਾ ਕਿਸੇ ਨੂੰ ਨਹੀਂ ਪਾਉਂਦਾ ਭਰਾ ਜੇ ਦੇਖਾਂਗੇ ਕੋਈ ਚੰਗਾ ਹੋਇਆ ਪਾਵਾਂਗੇ ਨਹੀਂ ਤਾਂ ਆਪਣੀ ਵੋਟ ਆਪਣੇ ਕੋਲ ਆ ਭਲਾ ਗੌਰਮੈਂਟ ਕੱਟਦੀ ਕੱਟਦੇ ਬਾਈ ਪਿਛਲੇ ਦਿਨ ਅਰਵਿੰਦ ਕੇਜਰੀਵਾਲ ਵੱਲੋਂ ਇਹ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਪੰਜਾਬ ਵਿੱਚ ਤਾਂ ਉਹਨਾਂ ਵੱਲੋਂ ਲੋਕਾਂ ਨੂੰ 300 ਯੂਨਿਟ ਦੀ ਮਾਫ਼ੀ ਦਿੱਤੀ ਜਾਊਗੀ ਠੀਕ ਹੈ ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਲੋਕਾਂ ਨੂੰ 400 ਯੂਨਿਟ ਮਾਫ਼ ਕਰਨਗੇ ਤੁਹਾਨੂੰ ਕੀ ਲੱਗਦਾ ਦੋਨਾਂ ਵਿੱਚੋਂ ਤੁਹਾਨੂੰ ਕਿਸ ਦੇ ਵਾਅਦੇ 'ਤੇ ਵੱਧ ਭਰੋਸਾ ਅਤੇ ਤੁਸੀਂ ਆਪਣਾ ਵੋਟ ਕਿਸ ਨੂੰ ਪਾਓ ਬਾਈ ਜੀ ਮੇਰਾ ਨਾਂ ਜੱਗਾ ਜਵੰਦਾ ਡਕਾਉਂਦਾ ਇਕਾਈ ਦਾ ਮੈਂ ਜਰਨਲ ਸਕੱਤਰ ਹਾਂ ਇਹ ਸਾਰੇ ਠੱਗ ਅਤੇ ਚੋਰ ਆ ਸਾਨੂੰ ਇਹਨਾਂ 'ਤੇ ਕਿਸੇ 'ਤੇ ਵੀ ਵਿਸ਼ਵਾਸ ਨਹੀਂ ਰਿਹਾ ਪਿਛਲੀ ਵਾਰ ਕਿਰਤਨ ਸਾਹਿਬ ਨੇ ਕਿਹਾ ਸੀ ਮੈਂ ਨੌਕਰੀਆਂ ਦੇਊਂਗਾ ਮੈਂ ਕਰਜ਼ੇ ਮਾਫ਼ ਕਰੂੰ ਮੈਂ ਇਹ ਕਰੂੰ ਉਹ ਕਰੂੰ ਅੱਜ ਤੱਕ ਨਾ ਤਾਂ ਉਹਨੇ ਕੁਛ ਕਰਿਆ ਅਤੇ ਨਾ ਹੀ ਇਹ ਕੁਛ ਕਰਨ ਸਭ ਇਹ ਠੱਗ ਆ ਅਤੇ ਚੋਰ ਆ ਸਾਨੂੰ ਇਹਨਾਂ 'ਤੇ ਕੋਈ ਵਿਸ਼ਵਾਸ ਨਹੀਂ 8 ਮਹੀਨੇ ਹੋ ਗਏ ਸਾਨੂੰ ਦਿੱਲੀ ਬੈਠਿਆਂ ਨੂੰ ਇਹਨਾਂ ਨੇ ਕੋਈ ਸਾਡੀ ਸੁਣਵਾਈ ਕੇਂਦਰ ਤੱਕ ਨਹੀਂ ਪਹੁੰਚਾਈ ਕਿਸੇ ਨੇ ਸਾਡੇ ਹੱਕ 'ਚ ਨਹੀਂ ਜਾ ਕੇ ਬੈਠੇ ਅੱਜ ਇਹ ਵੋਟਾਂ ਆ ਗਈਆਂ ਉਹਦਾ ਕਰਕੇ ਇਹ 100-100 ਗੱਪ ਮਾਰਦੇ ਉਦੋਂ ਬਾਅਦ ਸਾਡੀ ਕੋਈ ਗੱਲ ਨਹੀਂ ਸੁਣਦਾ ਬਈ ਤੁਹਾਨੂੰ ਇਹ ਲੱਗਦਾ ਵੀ ਇਹਨਾਂ ਵੱਲੋਂ ਸਿਰਫ ਇੱਕ
ਦਿਲਾਸਾ ਦਿੱਤਾ ਗਿਆ, ਹੋਰ ਕੁਛ ਨਹੀਂ ਕਰਨਾ ਇਹ ਬਾਈ। ਵੋਟਾਂ ਤੱਕ ਆ, ਵੋਟਾਂ ਤੋਂ ਮਗਰੋਂ ਜਿਹਦੀ ਸਰਕਾਰ ਆ ਗਈ ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਇਹ ਸਭ ਠੱਗ ਆ, ਚੋਰ ਆ, ਇੱਕੋ ਜਿਹਾ, ਇਹ ਸਭ ਇਹਨਾਂ ਦੀਆਂ ਰਿਸ਼ਤੇਦਾਰੀਆਂ ਆ, ਉਸਮੇ ਰਲੇ ਵੇ ਆ। ਤੁਹਾਨੂੰ ਕਿਸ 'ਤੇ ਯਕੀਨ ਆ ਅਤੇ ਤੁਸੀਂ ਆਪਣਾ ਵੋਟ ਕਿਸ ਨੂੰ ਪਾਓਗੇ? ਭਾਅ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੋਨਾਂ ਪਾਰਟੀਆਂ ਦਾ ਇਹ ਨਤੀਜਾ ਕੱਢਿਆ ਬਾਈ ਜੀ। ਪਹਿਲਾਂ ਤਾਂ ਕੇਜਰੀਵਾਲ ਵੀ ਸਾਰਿਆਂ ਤੋਂ ਪਹਿਲਾਂ ਝੂਠ ਮਾਰੀ ਜਾਂਦਾ, ਉਸ ਤੋਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਸੁਣਿਆ ਮੈਂ। ਉਹ ਕਹਿੰਦਾ ਮੇਰੇ ਪਿਤਾ ਜੀ ਨੇ ਇਹ ਗੱਲ ਕਹੀ ਆ ਵੀ ਸੁਖਬੀਰ ਸਿੰਘ ਉਹਨੇ ਕੁ ਵਾਅਦੇ ਕਰੀ ਆ ਇਹ ਜਿੰਨੇ ਕੁ ਤੂੰ ਪੂਰੇ ਕਰ ਸਕੀ, ਅਤੇ ਹੁਣ ਤਾਂ ਹੀ ਤੂੰ ਸਾਰਿਆਂ ਤੋਂ ਪਹਿਲਾਂ ਗੱਪ ਹੀ ਮਾਰਦਾ ਰਿਹਾ। ਮੈਂ ਇਸ ਗੱਲ ਤੋਂ ਯਕੀਨ ਕਰਦਾ ਕਿ ਬਾਈ ਜੀ ਨਵੀਂ ਵਧੀਆ ਤੋਂ ਵਧੀਆ ਦੂਜੀ ਸਰਕਾਰ ਆਵੇ ਜਿਹੜੀ ਵੀ ਗਰੀਬਾਂ ਦੀ ਸਹੂਲਤ ਲੈ ਕੇ ਆਵੇ। ਹੁਣ ਤੁਸੀਂ ਵੇਖੋ ਵੀ ਸਾਡਾ ਬੱਸਾਂ ਦਾ ਰੁਜ਼ਗਾਰ ਵੇਖ ਲਓ ਵੀ ਡੀਜ਼ਲ ਇੰਨੀ ਮਹਿੰਗਾਈ ਕੀਤੀ, ਕੈਪਟਨ ਕਿੰਨੇ ਕਿੰਨੇ ਵੱਡੇ ਵਾਅਦੇ ਕਰਦਾ ਸੀਗਾ, ਉਹਨੇ ਵੇਖ ਲਓ ਕੀ ਕਿੱਥੇ ਲਿਜਾ ਕੇ ਡੀਜ਼ਲ ਨੂੰ ਪਹੁੰਚਾਇਆ, ਠੀਕ ਆ, ਸਾਰੇ ਕਾਰੋਬਾਰ ਠੱਪ ਹੋਏ ਪਏ ਆ, ਠੀਕ ਆ ਜੀ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਵਧੀਆ ਕਿਸਾਨਾਂ ਦੀ ਕੋਈ ਕਿਸਾਨ ਦੀ ਸਰਕਾਰ ਆਵੇ, ਕਿਉਂਕਿ ਸਾਰੇ ਰੁਜ਼ਗਾਰ ਮਿਲੇ, ਠੀਕ ਆ ਜੀ, ਅਤੇ ਸਾਰਿਆਂ ਨੂੰ ਵਧੀਆ ਕੰਮ ਕਾਰ ਮਿਲੇ, ਅਤੇ ਮਹਿੰਗਾਈ ਇੰਨੀ ਹੋਈ ਜਾਂਦੀ ਆ, ਦਿਨੋਂ ਦਿਨ ਵਧੀ ਜਾਂਦੀ ਆ, ਠੀਕ ਆ ਜੀ, ਅਤੇ ਕਹਿੰਦੇ ਵਧੀਆ ਸਰਕਾਰ ਆਵੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ ਬਾਈ। ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਵੱਲੋਂ ਇਹ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਆ ਤਾਂ ਉਹਨਾਂ ਵੱਲੋਂ 364 ਮਾਫੀ ਇੱਕ ਘਰ ਨੂੰ ਦਿੱਤੀ ਜਾਊਗੀ, ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਐਲਾਨ ਕੀਤਾ ਗਿਆ ਕਰ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਲੋਕਾਂ ਨੂੰ 464 ਮਾਫ ਕਰਨਗੇ। ਤੁਹਾਨੂੰ ਕਿਸ 'ਤੇ ਵੱਧ ਭਰੋਸਾ? ਦੇਖੋ ਜੀ, ਜੇ ਦੇਖਿਆ ਜਾਵੇ ਤਾਂ ਸਰਕਾਰਾਂ ਦਾ ਤਾਂ ਕਿਸੇ 'ਤੇ ਨਹੀਂ ਭਰੋਸਾ ਹੈਗਾ, ਕਿਉਂਕਿ ਜਿਸ ਹਿਸਾਬ ਨਾਲ 5 ਸਾਲ ਪਹਿਲਾਂ ਕੈਪਟਨ ਸਰਕਾਰ ਦੇ ਵੀ ਬਹੁਤ ਵਾਅਦੇ ਕੀਤੇ ਹੈ, ਸੁਖਬੀਰ ਬਾਦਲ ਸਾਹਿਬ ਨੇ ਬਹੁਤ ਵਾਅਦੇ ਕੀਤੇ ਸੀਗੇ, ਪਰ ਆਪਾਂ ਦੇਖਿਆ ਜਾਵੇ ਜੋ ਵੀ ਵਾਅਦੇ ਕਰਦੇ ਹੈਗੇ ਹੈ ਉਹ ਕਿਸੇ ਵੀ ਤਰੀਕੇ ਨਾਲ ਮੀਨਜ਼ ਪੂਰੇ ਨਹੀਂ ਹੁੰਦੇ ਹੈਗੇ। ਤੁਸੀਂ ਕਿਸੇ ਵੀ ਤਰੀਕੇ ਨਾਲ ਲਓ, ਧਾਰਮਿਕ ਖੇਤਰ ਦੇ ਤੌਰ 'ਤੇ ਲਾ ਲਓ, ਰਾਜਨੀਤਿਕ ਦੇ ਤੌਰ 'ਤੇ ਲਾ ਲਓ, ਕਿਸੇ ਵੀ ਤਰੀਕੇ ਨਾਲ ਲਾ ਲਓ, ਇਹ ਕਦੇ ਵੀ ਪੂਰੇ ਨਹੀਂ ਹੁੰਦੇ ਗੇ। ਬਾਕੀ ਦੂਜੀ ਗੱਲ, ਇਹਨਾਂ ਸਰਕਾਰਾਂ ਵੇਲੇ ਆਪਣਾ ਦੇਖਿਆ ਵੀ ਗਿਆ ਕਿ ਧਰਮਾਂ ਨਾਲ ਵੀ ਖਿਲਵਾੜ ਕੀਤਾ ਗਿਆ, ਜਿਵੇਂ ਤੁਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਹੋਈ ਹੈਗੀ ਹੈ, ਉਸ ਵੇਲੇ ਵੀ ਇਹ ਸਰਕਾਰਾਂ ਚੁੱਪ ਰਹੀਆਂ ਹੈਗੀਆਂ, ਵੱਡੇ ਵੱਡੇ ਨੇਤਾ ਲੋਕ ਸੀਗੇ ਉਹਨਾਂ ਨੇ ਬਹੁਤ ਪੈਸੇ ਖਾਧੇ ਹੈਗੇ ਆ, ਜਿੰਨੀਆਂ ਵੀ ਭਰਤੀਆਂ ਹੁੰਦੀਆਂ ਹੁਣ ਪੰਜਾਬ ਪੁਲਿਸ ਦੀਆਂ ਭਰਤੀਆਂ ਆਈਆਂ ਹੋਈਆਂ ਹੈਗੀਆਂ, ਇਹਦੇ ਵਿੱਚ ਵੀ ਇਹ ਲੋਕ ਕਰਪਸ਼ਨ ਚੱਲਦੀ ਹੈਗੀ ਹੈ, ਜਿਹਦੇ ਕਰਕੇ ਕਿ ਆਪਾਂ ਨੂੰ ਕਿਸੇ ਵੀ ਸਰਕਾਰ 'ਤੇ ਮੀਨਜ਼ ਭਰੋਸਾ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਆਪਦੇ ਬਲ ਬੂਟੇ ਦੇ ਉੱਤੇ ਮਿਹਨਤ ਕਰਕੇ ਹੀ ਕੁਛ ਨਾ ਕੋਈ ਪ੍ਰਾਪਤ ਕੀਤਾ ਜਾ ਸਕਦਾ। ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਜੇ ਦੇਖੀਏ ਦਿੱਲੀ ਵਿੱਚ ਕਾਫੀ ਸੁਧਾਰ ਕੀਤਾ ਹੈਗਾ, ਉੱਥੇ ਸਕੂਲਾਂ ਦੇ ਵਿੱਚ ਏਸੀਆਂ ਦਾ ਵੀ ਪ੍ਰਬੰਧ ਕੀਤਾ ਸੀਗਾ, ਉੱਧਰ ਲੋਕਾਂ ਦੀ ਕਾਫੀ ਮੀਨਜ਼ ਹੈਲਪ ਕੀਤੀ ਸੀਗੀ। ਤਾਂ ਦੇਖਿਆ ਜਾਵੇ ਇਸ ਵਾਰ ਜੇ ਦੇਖਿਆ ਜਾਵੇ ਤਾਂ ਨਵੀਂ ਸਰਕਾਰ ਜਿਹੜੀ ਅਰਵਿੰਦ ਕੇਜਰੀਵਾਲ ਜੀ ਉਹਨੂੰ ਪਹਿਲ ਦੇਣੀ ਚਾਹੀਦੀ ਹੈਗੀ ਹੈ, ਅਤੇ ਬਾਕੀ ਸਰਕਾਰਾਂ ਨੂੰ ਆਪਾਂ ਅਪਣਾ ਹੀ ਚੁੱਕੇ ਹੈਗੇ ਹਾਂ, ਤਾਂ ਮੇਰੇ ਅਕੋਰਡਿੰਗ ਆਮ ਆਦਮੀ ਜਿਹੜੀ ਪਾਰਟੀ ਹੈਗੀ ਹੈ ਉਹਨੂੰ ਸਪੋਰਟ ਕਰਨੀ ਚਾਹੀਦੀ। ਕੀ ਨਾਮ ਆ ਬਾਈ? ਬਲਰਾਜ ਸਿੰਘ ਜੀ। ਬਾਈ, ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਵੱਲੋਂ ਇਹ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਆ ਤਾਂ ਉਹਨਾਂ ਵੱਲੋਂ ਲੋਕਾਂ ਨੂੰ 364 ਮਾਫ ਕੀਤੀ ਜਾਊਗੀ, ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਆ ਤਾਂ ਉਹ ਲੋਕਾਂ ਨੂੰ 464 ਮਾਫ ਕਰਨਗੇ। ਤੁਹਾਨੂੰ ਕਿਸ 'ਤੇ ਵੱਧ ਭਰੋਸਾ? ਇਹ ਭਰੋਸਾ ਦੇਖੋ ਕੇਜਰੀਵਾਲ 'ਤੇ ਵੱਧ ਆ, ਪਰ ਕਹਿਣ ਦਾ ਮਤਲਬ ਫਿਰ ਕਿਸੇ ਨੂੰ ਕੁਛ ਨਹੀਂ ਚਾਹੀਦਾ, ਹਰ ਇੱਕ ਨੂੰ ਪੈਸਾ ਚਾਹੀਦਾ, ਕੋਈ ਬੰਦਾ ਸੁੱਖ ਸਹੂਲਤਾਂ 'ਚ ਬਿਜਲੀ ਵਰਤਦਾ ਤਾਂ ਉਹਨੂੰ ਪੈਸਾ ਭਰੇ ਉਹਦਾ, ਇਹਦਾ ਮਤਲਬ ਕਿ ਉਹ ਜਿੰਨਾ ਟੈਕਸ ਵਗੈਰਾ ਜੋ ਭਰਦੇ ਟੈਕਸ ਭਰਾਂਗੇ ਪੈਸਾ ਭਰਾਂਗੇ ਫਿਰ ਦੇਸ਼ ਤਰੱਕੀ ਦੂਗਾ, ਜੇ ਮੁਫਤ ਫਰੀ 'ਚ ਆਈਗੇ ਤਾਂ ਦੇਸ਼ ਤਰੱਕੀ ਨਹੀਂ ਕਰਦਾ ਇਹ 'ਚ ਤਾਂ। ਵੈਸੇ ਕੇਜਰੀਵਾਲ ਦਾ ਵੱਧ ਭਰੋਸਾ, ਕਿਉਂਕਿ ਕੇਜਰੀਵਾਲ ਨੇ ਜੋ ਕਿਹਾ ਦਿੱਲੀ 'ਚ ਉਹ ਕੀਤਾ ਹੈ, ਇਹਨਾਂ ਨੇ ਬਥੇਰੇ ਪਹਿਲਾਂ ਵੀ ਗੱਪ ਮਾਰਿਆ ਅਕਾਲੀ ਦਲ ਨੇ ਜਾਣ ਲੱਗੇ ਸੜਕਾਂ ਬਣਾਉਣਾ ਫਲਾਨਾ ਬਣਾਉਂਦਾ, ਸਭ ਕੁਛ ਫਰੀ ਉਹਦਾ ਕੀ ਹੈ, ਸਭ ਕੁਛ ਕਿਉਂਕਿ ਸਾਰਾ ਜੇ ਸੜਕਾਂ ਬਣਾਈਆਂ ਤਾਂ ਉਹ ਅਗਲਾ ਟੈਕਸ ਭਰਦਾ ਉਹਨਾਂ ਦਾ, ਉਹਨਾਂ ਦਾ ਉਹਨੇ ਟੂਲ ਟੈਕਸ ਲਾ ਰੱਖਿਆ ਉਹਨਾਂ 'ਤੇ, ਅਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਲੇਕਿਨ ਇਹਨਾਂ ਦੇ ਗੱਪ ਜਿਹੜੇ ਥੋੜ੍ਹੇ ਮਾਰ ਲੈਣ, ਬਾਹਲੇ ਮਾਰ ਲੈਣ, ਇਹਨਾਂ 'ਤੇ ਕੋਈ ਭਰੋਸਾ ਨਹੀਂ ਕਰਦਾ। ਕੇਜਰੀਵਾਲ 'ਤੇ ਜੋ ਕਹਿੰਦਾ ਉਹ ਕਰਦਾ, ਉਹ 'ਤੇ ਭਰੋਸਾ ਹੈਗਾ ਲੋਕਾਂ ਦਾ, ਬੇਕਾਰ ਆ ਜੀ, ਇਹ 'ਚ ਕੋਈ ਸ਼ੱਕ ਨਹੀਂ ਗਾ, ਕੋਈ ਕੰਮ ਨਹੀਂ ਕਰਦੀ ਕੇਜਰੀਵਾਲ ਨੇ। ਸਕੂਲ ਦੇਖ ਲਓ, ਹਸਪੀਟਲ ਦੇਖ ਲਓ, ਮੈਂ ਖੁਦ ਜਾ ਕੇ ਆਇਆ ਉੱਥੇ, ਦੇਖਿਆ ਖੁਦ ਉਹਨੇ ਕੰਮ ਕੀਤਾ, ਉਹ ਦੱਸਦਾ ਕੰਮ ਕੀਤਾ। ਇਹਨਾਂ ਨੇ 70 ਸਾਲ ਹੋ ਗਏ, ਤਾਂ ਕੀ ਕੀਤਾ ਦੇਸ਼ ਨੂੰ ਲੰਘ ਕੀਤਾ, 70 ਸਾਲਾਂ ਵਿੱਚ ਕੁਛ ਨਹੀਂ ਕੀਤਾ ਕਿ ਇਹਨਾਂ ਨੇ।
ਇਸ ਕਰਕੇ ਕੇਜਰੀਵਾਲ ਦੇ ਨਵੀਂ ਸਰਕਾਰ ਦਾ ਭਰੋਸਾ ਹੈ, ਉਹ ਤੇ ਆਸਾ ਵੀ ਕੁਝ ਨਾ ਕੁਝ ਜ਼ਰੂਰ ਕਰੂਗਾ। ਬਾਬਾ ਜੀ ਕੀ ਲੱਗਦਾ, ਪਿਛਲੇ ਦਿਨ ਅਰਵਿੰਦ ਕੇਜਰੀਵਾਲ ਵੱਲੋਂ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਹੈ ਤਾਂ ਉਹਨਾਂ ਵੱਲੋਂ ਲੋਕਾਂ ਨੂੰ 400-300 ਯੂਨਿਟ ਮਾਫ਼ ਕੀਤੀ ਜਾਊਗੀ? ਨਹੀਂ ਜੀ, ਸਾਨੂੰ ਕਿਸੇ 'ਤੇ ਕੋਈ ਭਰੋਸਾ ਨਹੀਂ ਹੈ। ਸਾਹਿਬ ਬਹੁਤ ਲੁੱਟ ਲਏ, ਬਹੁਤ ਖੈਰ ਖਾ ਲਏ, ਅਸੀਂ ਕਿਤੇ ਇਤਵਾਰੀ ਕਰੀਏ? ਸਾਡਾ ਸਾਨੂੰ ਕੋਈ ਨਹੀਂ ਪੁੱਛਦਾ, ਵੋਟਾਂ ਲੈ ਕੇ ਪਰੇ ਜਾ ਵੜਦੇ ਆ, ਐਂ ਕਰ ਜਾਂਗੇ ਜੀ, ਬਾਹਰ ਕਰ ਜਾਂਗੇ, ਸਾਨੂੰ ਕੋਈ ਨਹੀਂ ਪੁੱਛਦਾ ਜੀ। ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ 400 ਯੂਨਿਟ ਮਾਫ਼ ਕਰਨਗੇ? ਅਸੀਂ ਤਾਂ ਜੀ ਕਿਸੇ 'ਤੇ ਕੋਈ ਪੁੱਛਦਾ ਕੋਈ ਵੀ ਹੈ, ਸਾਡਾ ਮਨ ਮਰਜ਼ੀ ਦੀ ਵੋਟ ਆ, ਜਿਵੇਂ ਸਾਡਾ ਚਿੱਤ ਬਣੂ ਉਹਨੂੰ ਪਾਵਾਂਗੇ। ਬਸ ਸਾਡੀ ਹੱਥ ਬਣ ਕੇ ਬੇਨਤੀ, ਬਹੁਤ ਪਾਲੀਆਂ ਕਰ ਲਿਆ, ਸਾਰਾ ਕੁਝ ਕਰ ਲਿਆ, ਕਸ਼ਮੀਰ ਬਾਦਲ ਨੂੰ ਵੀ ਪਾਲੀਆ ਕਹਿ ਲਓ ਪਲੇਟ ਪਾ। ਤੁਹਾਨੂੰ ਕਿਸ 'ਤੇ ਵੱਧ ਭਰੋਸਾ? ਕੇਜਰੀਵਾਲ 'ਤੇ ਆ, ਬਾਦਲ ਸਰਕਾਰ ਤਾਂ ਕੁਛ ਜੋਬ ਵੀ ਨਹੀਂ ਦੇ ਰਹੀ ਕਿਸੇ ਨੂੰ, ਕੁਛ ਵੀ ਨਹੀਂ। ਅਸੀਂ ਭਰਤੀਆਂ ਦੇਖੀਆਂ ਸੀ, ਨਾਰਾ ਲਾ ਕੇ ਛੱਡਤਾ, ਫਰਮਾਇਸ਼ਾਂ ਲਾ ਕੇ ਭਰਤੀ ਹੁੰਦੇ ਹਰ ਕੋਈ। ਮੈਂ 7 ਭਰਤੀਆਂ ਦੇਖੀਆਂ, 7 ਸ਼ਰੇਆਮ ਕਿਹਾ ਵੀ ਅਸੀਂ ਭਾਈ ਉਹਦੀ ਫਰਮਾਇਸ਼ ਲੱਗੂਗੀ ਤਾਂ ਤੁਸੀਂ ਰਹਿ ਸਕਦੇ ਹੋ, ਨਹੀਂ। ਯਾਨੀ ਕਿ ਬਈ ਤੁਹਾਨੂੰ ਕਿਸੇ ਸਰਕਾਰ 'ਤੇ ਭਰੋਸਾ ਨਹੀਂ? ਕਿਸੇ 'ਤੇ ਵੀ ਨਹੀਂ ਹੈ। ਹੋ ਸਕਦਾ ਕੇਜਰੀਵਾਲ 'ਚ ਕੁਛ ਕਰਦਾ ਤਾਂ ਉੱਤੇ ਹੈ ਥੋੜ੍ਹਾ ਬਹੁਤਾ, ਕਿਉਂਕਿ ਦਿੱਲੀ ਜਾਂਦੇ ਰਹਿੰਦੇ ਹਾਂ ਤਾਂ ਕੰਮ ਕਰਿਆ ਉਹਨੇ, ਪਤਾ ਵੀ ਲੱਗਦਾ, ਦੇਖਦੇ ਵੀ ਹਾਂ, ਇੱਥੇ ਤਾਂ ਬੁਰਾ ਹਾਲ ਹੋਇਆ ਪਿਆ। ਬਾਈ ਜੀ ਪਿਛਲੇ ਦਿਨ ਜੋ ਅਰਵਿੰਦ ਕੇਜਰੀਵਾਲ ਵੱਲੋਂ ਇਹ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਆ ਤਾਂ ਉਹਨਾਂ ਵੱਲੋਂ ਲੋਕਾਂ ਨੂੰ 300 ਯੂਨਿਟ ਦੀ ਮਾਫ਼ੀ ਦਿੱਤੀ ਜਾਊਗੀ, ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਐਲਾਨ ਕੀਤਾ ਗਿਆ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਲੋਕਾਂ ਨੂੰ 400 ਯੂਨਿਟ ਮਾਫ਼ ਕਰਨਗੇ। ਤੁਹਾਨੂੰ ਕਿਸ 'ਤੇ ਵੱਧ ਯਕੀਨ ਆ? ਇਹ ਯਕੀਨ ਤਾਂ ਮੇਰੇ ਹਿਸਾਬ ਨਾਲ ਤਾਂ ਕਿਸੇ 'ਤੇ ਵੀ ਨਹੀਂਗਾ, ਕਿਉਂਕਿ ਸਭ ਡਰਾਮੇ ਆ, ਇਹ ਸਿਰਫ ਇਲੈਕਸ਼ਨਾਂ ਕਰਕੇ ਸਾਰਾ ਕੁਛ ਹੋ ਰਿਹਾ, ਜਿੱਦੇ ਇਲੈਕਸ਼ਨ ਖਤਮ ਹੋ ਗਏ ਉੱਦੇ ਕੁਛ ਨਹੀਂ ਹੋਊਗਾ, ਫਿਰ ਸਭ ਵਾਅਦੇ ਸਾਰਾ ਕੁਛ ਭੁੱਲ ਜਾਂਦੇ ਆ, ਬਸ ਉਹਨਾਂ ਚਿਰ ਯਾਦ ਹੁੰਦੇ ਆ ਜਿੰਨਾ ਚਿਰ ਇਲੈਕਸ਼ਨ ਹੈ, ਇਲੈਕਸ਼ਨਾਂ ਕਰਕੇ ਇਹੀ ਆ ਬਸ। ਸਾਨੂੰ ਸੱਚ ਪੁੱਛ ਤਾਂ ਕਿਸੇ 'ਤੇ ਭਰੋਸਾ ਨਹੀਂ ਹੈਗਾ, ਦੋਵੇਂ ਤਿੰਨੇ ਸਰਕਾਰਾਂ ਠੱਗ ਨੇ, ਚੋਰ ਨੇ, ਲਟੇਰੇ ਨੇ, ਮੰਚ ਬਣਾ ਛੱਡਿਆ ਸਾਨੂੰ, ਕਿਸੇ 'ਤੇ ਸਾਨੂੰ ਯਕੀਨ ਹੈਗਾ? ਆਹ ਇੱਥੇ ਕੈਪਟਨ ਨੇ ਪਿਛਲੇ ਕੋਟ ਜਦੋਂ ਜਾਂ ਗ੍ਰੰਥ ਸਾਹਿਬ ਦੇ ਸਹੁੰ ਖਾਧੀ ਸੀ, ਕਹਿੰਦੇ ਮੈਂ ਕਰਜ਼ੇ ਮਾਫ਼ ਕਰੂੰਗਾ, ਕੀ ਕੀਤਾ ਉਹਨੇ ਤਾਂ ਜੀ? ਕਿਸੇ ਤਾਂ ਮਾਫ਼ ਨਹੀਂ ਹੋਇਆ ਹੈਗਾ, ਇਸ ਕਰਕੇ ਸਾਡਾ ਤਾਂ ਭਰੋਸਾ ਹੀ ਉੱਠ ਗਿਆ ਸਰਕਾਰ ਤੋਂ, ਵੀ ਹੈ ਨਹੀਂ ਸਰਕਾਰ ਸਾਡੇ ਵਾਸਤੇ ਕੋਈ ਚੀਜ਼, ਅਸੀਂ ਆਪਣੇ ਲੋਕਾਂ ਨੂੰ ਬਤਲਾਵਾਂਗੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਸਿਰਫ ਇੱਕ ਝੂਠੇ ਵਾਅਦੇ ਕਰਦੀ ਹੈ, ਤੁਹਾਡੇ ਨਾਲ ਕੋਈ ਵਾਅਦਾ ਪੂਰਾ ਨਹੀਂ ਕਰੇਗੀ? ਬਸ ਦੇਖਦਾ ਉਹਨਾਂ ਜੀ ਖਿਡਾਉਣਾ ਬਣਾ ਕੇ ਸਾਨੂੰ ਖੇਡਦੀ ਹੈ ਬਸ। ਬਾਈ ਜੀ ਦੇਖੋ, ਅੱਗੇ ਤਾਂ ਜੋ ਅਕਾਲੀ ਸਰਕਾਰ ਨੇ ਵਾਅਦੇ ਕੀਤੇ ਉਹ ਤਾਂ ਪੂਰੇ ਕੀਤੇ ਆ, ਅੱਗੇ ਬਾਰੇ ਕੁਛ ਕਹਿ ਨਹੀਂ ਸਕਦੇ ਗੇ, ਜਿਹੜੇ ਹੁਣ ਟਾਈਮ ਚੱਲ ਰਿਹਾ ਇਹਦੇ 'ਚ ਆਪਾਂ ਕੁਛ ਕਹਿ ਨਹੀਂ ਸਕਦੇ ਗੇ ਵੀ ਇਹਨਾਂ ਨੇ ਜਿਹੜੀਆਂ ਹੁਣ ਸਰਕਾਰਾਂ ਚੱਲਦੀਆਂ ਵੀ ਕੀ ਕਰਦੀਆਂ ਕੀ ਨਹੀਂ, ਇਹ ਤਾਂ ਸਭ ਨੂੰ ਹੀ ਪਤਾ। ਬਾਈ ਕਿਵੇਂ ਦੇਖਦੇ ਹੋ ਪਿਛਲੇ ਦਿਨੀ ਜੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਲੋਕਾਂ ਨੂੰ 300 ਯੂਨਿਟ ਮਾਫ਼ ਕਰਨਗੇ, ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਿਹਾ ਗਿਆ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਲੋਕਾਂ ਨੂੰ 400 ਯੂਨਿਟ ਮਾਫ਼ ਕਰਨਗੇ, ਤੁਹਾਨੂੰ ਕਿਸ 'ਤੇ ਵੱਧ ਭਰੋਸਾ? ਦੇਖੋ ਜੀ ਇਹਨਾਂ ਦਾ ਕੰਮ ਹੀ ਇਹ ਆ, ਠੀਕ ਆ, ਪਹਿਲਾਂ ਤਾਂ ਚੱਲਦੇ ਆ ਰਿਹਾ ਕਿਉਂਕਿ ਅੱਜ ਨਵਾਂ ਕੰਮ ਤਾਂ ਹੈ ਨਹੀਂ, ਵਾਅਦੇ ਵੱਡੇ ਵੱਡੇ ਕਰਨੇ, ਇਹਨਾਂ ਨੇ ਪੱਲੇ ਕਿਸੇ ਦੇ ਕੱਖ ਨਹੀਂ ਪਾਉਣਾ, ਠੀਕ ਆ, ਗਰੀਬ ਦਾ ਹੋਰ ਗਰੀਬ ਹੁੰਦਾ ਜਾਂਦਾ, ਅਮੀਰ ਨੂੰ ਅਮੀਰ ਕਰੀ ਜਾਂਦੇ ਆ ਜੀ, ਠੀਕ ਆ। ਸਿੱਧੀ ਜਿਹੀ ਗੱਲ ਆ ਵੀ ਆਪਣਾ ਜੇ ਆਪਣਾ ਵਿਸ਼ਵਾਸ ਜੀ ਤੇ ਤੁਹਾਡਾ ਬਣਦਾ ਉਹ 'ਤੇ ਬਣਾਓ, ਵੀ ਹਾਂ ਆਪਾਂ ਨੂੰ ਲੱਗਦਾ ਵੀ ਇਹ ਇੱਕ ਵਾਰੀ ਤਾਂ ਉਹਨਾਂ ਨੂੰ ਮੌਕਾ ਦਿਓ, ਜਿਹੜਾ ਨਵਾਂ ਬੰਦਾ ਆ ਰਿਹਾ ਨਾ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਮੌਕਾ ਦਿਓ। ਹੁਣ ਆਮ ਆਦਮੀ ਪਾਰਟੀ ਆ ਰਹੀ ਆ, ਉਹਨਾਂ ਨੇ ਦਿੱਲੀ 'ਚ ਵਧੀਆ ਕੰਮ ਕੀਤੇ ਆ, ਕਰੋਨਾ ਵਾਇਰਸ ਸੀਗਾ ਉਦੋਂ ਆਪਣੀ ਸਰਕਾਰ ਨੇ ਨਹੀਂ ਕੁਛ ਕੀਤਾ, ਹਾਲਾਂਕਿ ਦਿੱਲੀ ਵਾਲੇ ਜਿਹੜੇ ਕੇਜਰੀਵਾਲ ਨੇ ਬਹੁਤ ਵਧੀਆ ਉਹਨਾਂ ਨਾਲ ਆਪਦਾ ਰੱਖਿਆ ਗਾ ਵੀ ਉਹਨਾਂ ਨੂੰ ਟਾਈਮ ਸਿਰ ਜਿਹੜੇ ਵਰਕਰ ਸੀਗੇ ਉਹਨਾਂ ਨੂੰ ਟਾਈਮ ਸਿਰ ਸੈਲਰੀ ਵਗੈਰਾ ਸਭ ਕੁਛ ਆਉਂਦਾ ਰਿਹਾ ਗਾ। ਅਤੇ ਇੱਕ ਵਾਰੀ ਤੁਸੀਂ ਦੇਖੋ ਆਪਣਾ ਵੀ ਆਪਦੇ ਆਪਣੇ ਆਪ 'ਤੇ ਯਕੀਨ ਕਰਕੇ ਵੀ ਹਾਂ, ਜਦੋਂ ਆਪਾਂ ਇਹਨਾਂ ਨੂੰ 10-10 ਸਾਲ ਕਿੰਨੇ ਕਿੰਨੇ ਸਾਲ ਦੇ ਦਿੱਤੇ ਹੈਗੇ, ਇੱਕ ਵਾਰੀ ਤੁਸੀਂ ਇਹਨਾਂ ਨੂੰ ਵੀ ਨਵਾਂ 5 ਸਾਲ ਦੇ ਕੇ ਤਾਂ ਦੇਖੋ, ਜਦੋਂ ਇਹਨਾਂ ਨੇ ਨਹੀਂ ਕੋਈ ਪੱਲੇ ਪਾਏ, ਜੇ ਉਹਨਾਂ ਨੇ ਨਾ ਪੱਲੇ ਪਾਏ ਫਿਰ ਇਹ ਤਾਂ ਹੈਗੀ ਆ ਸਰਕਾਰਾਂ।
ਇਹਦਾ ਜੀ ਬਾਈ ਕੁਛ ਵੀ ਨਹੀਂ ਕਰਦੇ ਜੀ ਸਾਰੇ ਮੰਨ ਕੇ ਚਲੋ ਹੁਣ ਵੀ ਉਹ ਕਹਿ ਰਹੇ ਆ ਨੌਕਰੀਆਂ ਸੰਬੰਧੀ ਵੀ ਕੁਛ ਨਹੀਂ ਕਰ ਰਹੇ ਹੁਣ ਜਿਹੜੇ ਮੁੰਡਿਆਂ ਦੀ ਉਹ ਹੋ ਰਹੀ ਆ ਉਮਰ ਉਹ ਵੀ ਐਕਸਪਾਇਰ ਹੋਈ ਜਾਂਦੀ ਆ ਲੰਘੀ ਜਾਂਦੀਆਂ ਹੁਣ ਜਿਵੇਂ ਕੋਈ ਵੀ ਹੁਣ ਪੋਸਟ ਹੋ ਰਹੀ ਆ ਪੋਸਟ ਬੰਦ ਕਰ ਦਿੰਦੇ ਆ ਉਮਰੀਆਂ ਜਿਹੜੀ ਉਮਰ ਹੈਗੀ ਆ ਉਹ ਐਕਸਪਾਇਰ ਹੋਈ ਜਾਂਦੀ ਆ ਅਤੇ ਨੌਕਰੀਆਂ ਲਈ ਕੋਈ ਬੰਦੇ ਹੁਣ ਪੇਪਰਾਂ ਦੀ ਤਿਆਰੀ ਕਰਦੇ ਆ ਉਹ ਗਾਂਹ ਦੀ ਗਾਂਹ ਚੱਲੀ ਜਾਂਦੀਆਂ ਨੌਕਰੀਆਂ ਵੀ ਅਤੇ ਹੁਣ ਕੋਈ ਵੀ ਮੰਨ ਲਓ ਪੱਕਾ ਕਰਾਰ ਨਹੀਂ ਕਰ ਰਹੇ ਹੁਣ ਤਾਂ ਕੈਪਟਨ ਸਰਕਾਰ ਨੇ ਵੀ ਕਿਹਾ ਸੀਗਾ ਕਿ ਆਪਾਂ ਇੱਦਾਂ ਮਤਲਬ ਇੱਦਾਂ ਦਾ ਕਰਾਂਗੇ ਪਰ ਕੋਈ ਵੀ ਘਰ ਘਰ ਨੌਕਰੀ ਹੋਊਗੀ ਪਰ ਉਹਨਾਂ ਨੇ ਵੀ ਕੋਈ ਨੌਕਰੀ ਵਗੈਰਾ ਕੋਈ ਨਹੀਂ ਦਿੱਤੀ ਸਿਰਫ ਓਨਲੀ ਰੁਜ਼ਗਾਰ ਮੇਲੇ ਲਾ ਲੈਂਦੇ ਆ ਪਰ ਕੋਈ ਵੀ ਵਗੈਰਾ ਨੌਕਰੀ ਵਗੈਰਾ ਨਹੀਂ ਦਿੰਦੇ ਅਤੇ ਹਰ ਇੱਕ ਸਰਕਾਰ ਆਪਦੇ ਮਤਲਬ ਉਹਦੇ 'ਚ ਮੁੱਕਰ ਜਾਂਦੀ ਆ ਵਾਅਦਿਆਂ ਤੋਂ ਜੀ।